ਸਤਿ ਸ਼੍ਰੀ ਅਕਾਲ ਜੀ, ਮੈਂ ਦਰਸ਼ਨ ਕੌਰ ਗੁਰਦਾਸਪੁਰ, ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ। ਅੱਜ ਅਸੀਂ ਪਹੁੰਚਿਆ ਰਈਆ ਬਲਾਕ ਵਿਖੇ, ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੋ 5 ਦਿਨਾਂ ਤੋਂ ਪਹਿਲਾਂ ਜਿਹੜਾ ਇੱਥੇ ਧਰਨਾ ਲਾਇਆ ਸੀ, ਜੋ ਕਿ ਪਿੰਡ ਥੋਥੀਆਂ ਵਿਖੇ ਜੋ ਕਿ ਨਜਾਇਜ਼ ਕਬਜ਼ਾ ਜਿਹੜਾ ਕੀਤਾ ਗਿਆ ਵਾ, ਅਤੇ ਇੱਕ ਬਜ਼ੁਰਗ ਵੀ ਇੱਥੇ ਜਿਹੜਾ ਵਰਤ ਰੱਖ ਕੇ ਬੈਠੇ ਆ। ਅੱਜ ਉਹਨਾਂ ਨੂੰ 5-6 ਦਿਨ ਹੋ ਗਏ ਆ, ਜਿੱਥੇ ਕਿ BDPO ਨੇ ਵੀ ਇੱਥੇ ਆਣ ਕੇ ਜਿਹੜਾ ਵਾ BDOP ਸਾਹਿਬ ਨੇ ਵੀ ਉਹਨਾਂ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ। ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਲਾਕ ਵਿੱਚ ਲਾਇਆ ਗਿਆ ਧਰਨਾ, ਅਤੇ ਬਾਪੂ ਜੀ ਨੇ ਮਰਨ ਵਰਤ ਜਿਹੜਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੇ ਅੱਜ ਅਫਸਰ ਬਹੁਤ ਵਧੀਆ ਆਏ ਆ, DSP ਸਾਹਿਬ, ਬਾਬਾ ਬਕਾਲਾ ਵੀ ਪਹੁੰਚਿਆ, SHO ਬਿਆਸ ਵੀ, ਹੋਰ ਵੀ ਅਫਸਰ ਆ ਜਿਹੜੇ ਵਰਤ ਜਿਹੜੇ ਸਾਡੇ ਇੱਕ ਬਜ਼ੁਰਗ ਦਾ ਜਿਹੜਾ ਤੜਾਉਣ ਲੱਗੇ ਆ। ਅੱਜ 5 ਦਿਨ ਹੋ ਗਏ ਇਹਨਾਂ ਨੂੰ ਜਿਹੜਾ ਮਰਨ ਵਰਤ ਰੱਖਿਆ ਗਿਆ ਸੀ ਰਈਆ ਬਲਾਕ 'ਤੇ। ਇੱਕ ਨਿਊ ਅਫਸਰ ਜਿਹੜੇ ਆਏ ਆ, ਬਹੁਤ ਹੀ ਵਧੀਆ ਅਫਸਰ ਆ, ਜੋ ਕਿ ਇਹਨਾਂ ਨੂੰ ਵਿਸ਼ਵਾਸਨ ਦੇ ਵਿੱਚ ਲੈ ਕੇ ਇਹਨਾਂ ਦਾ ਵਰਤ ਜਿਹੜਾ ਖਿਲਾਉਣ ਜਾ ਰਹੇ ਆ। ਨਾਲ ਹੀ ਸਾਡੇ DSP ਬਾਬਾ ਬਕਾਲਾ ਸਾਹਿਬ, SHO ਬਿਆਸ, ਹੋਰ ਅਫਸਰ ਸਾਹਿਬਾਨ ਵੀ ਇੱਥੇ ਮੌਜੂਦ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੀ ਆਗੂ ਸਾਹਿਬਾਨ ਇੱਥੇ ਬੈਠੇ ਆ। ਸੋਨਿਹਾਲ ਰਹੇ, ਮਾਮਲਾ ਚੁੱਕਦੇ ਰਹੇ, 9 ਚ ਪਹਿਲੋਂ ਮਾਮਲਾ ਚੁੱਕਿਆ ਪਿੰਡ ਦੇ ਲੋਕਾਂ ਨੇ। ਉਹ ਵੀ ਮੇਰੇ ਵਰਗਾ ਨਾ ਪੰਚਾਇਤ ਦਾ ਮੈਂਬਰ ਸੀ, ਨਾ ਸਰਪੰਚ ਸੀ, ਨਾ ਕੁਛ ਸੀਗਾ, ਇੱਕ ਆਮ ਨਾਗਰਿਕ ਸੀਗਾ, ਉਹਨੇ ਮਸਲਾ ਚੁੱਕਿਆ ਜੀ ਵੀ ਇਹ ਜਗ੍ਹਾ ਜਿਹੜੀ ਆ ਪਿੰਡ ਦੀ ਆ, ਗੁਰਦੁਆਰੇ ਵਾਸਤੇ ਛੱਡੀ ਸੀ, ਅਤੇ ਇਹ ਜਿਹੜਾ ਇਹਦੇ 'ਚ ਤੁਸੀਂ ਨਜਾਇਜ਼ ਕਬਜ਼ਾ ਕਰ, ਨਾ ਇੱਕ ਇੰਡੀਵਿਜੁਅਲ ਬੰਦੇ ਵੱਲੋਂ, ਪਿੰਡ ਦੇ ਨਾਗਰਿਕ ਵੱਲੋਂ। ਅੱਛਾ ਜੀ। ਉਹਨਾਂ ਨੇ ਉਸ ਟਾਈਮ ਮਸਲਾ ਚੁੱਕਿਆ 9 'ਚ, ਅਤੇ ਉਹਨਾਂ ਨੂੰ ਨਾ ਪੰਚਾਇਤ ਨੇ ਸੁਣਵਾਈ ਕੀਤੀ ਅਤੇ ਨਾ ਬਲਾਕ ਦੇ ਅਧਿਕਾਰੀਆਂ ਨੇ ਵੀ ਤੂੰ ਕੋਈ ਪਿੰਡ ਦਾ ਸਰਪੰਚ ਨਹੀਂ, ਮੈਂਬਰ ਨਹੀਂ ਜਾਂ ਮੋਤਬਰ ਨਹੀਂ ਹੈ। ਇਸ ਕਰਕੇ ਇਹ ਕੇਸ ਜਿਹੜਾ ਵਾ ਕੋਰਟ 'ਚ ਲੱਗਿਆ। ਨਹੀਂ ਜੀ, ਇਹ ਕੇਸ ਜਿਹੜਾ ਡਿਸਮਿਸ ਹੋ ਗਿਆ। ਅੱਛਾ। ਫਿਰ ਉਹ ਜਦੋਂ 11 'ਚ ਫਿਰ 12 'ਚ ਆਉਂਦੀ ਹੈ ਪੰਚਾਇਤ ਜਿਹੜੀ ਉਹ ਚਾਲੂ ਹੁੰਦੀ ਆ, ਉਹਦੇ ਸਰਪੰਚ ਸਾਹਿਬ ਨੇ ਫਿਰ ਕੇਸ ਪਾਤਾ ਜੀ ਇਸੇ ਜਗ੍ਹਾ 'ਤੇ, ਸਰਪੰਚ ਸਾਹਿਬ ਦੀ ਡੈਥ ਹੋ ਜਾਂਦੀ ਆ। ਅੱਛਾ ਜੀ। ਉਹ ਕੇਸ ਉਹਨਾਂ ਲੜਨਾ ਸੀ ਕਾਗਜ਼ ਲਿਓ, ਅਤੇ ਉਹ ਡੈਥ ਹੋਣ ਦੇ ਕਾਰਨ ਉਹ ਫਿਰ ਦੁਬਾਰਾ ਮਾਮਲਾ ਉੱਥੇ ਰਹੇ। ਅੱਛਾ ਜੀ। ਉਹਦੇ ਜਿਹੜੇ ਚੁਣੇ ਹੋਏ ਮੈਂਬਰ, ਬਾਕੀ ਪੰਚਾਇਤ ਮੈਂਬਰ ਸੀਗੇ, ਉਹਨਾਂ ਨੇ ਜਿਹੜਾ ਮੁੜ ਕੇ ਜਿਹੜੀ ਪੰਚਾਇਤ ਚੱਲਣ ਲੱਗੀ ਉਹਨਾਂ ਤੋਂ ਇਲਾਵਾ, ਸਰਪੰਚ ਸਾਹਿਬ ਜਾਣ ਤੋਂ ਬਾਅਦ, ਇਸ ਦੁਨੀਆ ਤੋਂ ਜਾਣ ਤੋਂ ਬਾਅਦ, ਉਹ ਫਿਰ ਉਹਨਾਂ ਨੇ ਮਤਾ ਪਾ ਕੇ ਬਾਕਾਇਦਾ, ਅਤੇ ਇਹਦੇ 'ਤੇ ਕੇਸ ਪਾਇਆ, ਅਤੇ ਉਹ ਕੇਸ ਉਹਨਾਂ 2016 'ਚ ਜਿੱਤ ਲਏ। ਪੰਚਾਇਤ ਨੇ ਫਿਰ ਦੁਬਾਰਾ ਪੰਚਾਇਤ ਦੇ ਹੱਥ ਜੋ ਅਦਾਲਤ ਦਿਓ ਇਹਨਾਂ। ਜਿਹੜਾ ਪਰਸਨਲ ਹੁਣ ਬੰਦਾ ਬੈਠਾ ਆ ਜੇ ਉਹ ਕੋਰਟ ਗਿਆ। ਅੱਛਾ ਜੀ। ਕੱਲ ਵਾਲੇ ਨਾ ਦਸਤਾਵੇਜ਼ ਜਿਹੜੇ ਸਾਰੇ ਪਹਿਲੇ ਉਹਨਾਂ ਇੱਥੇ ਆਪਣਾ ਲੈਟਰ ਲੂਟਰ ਲਿਖ ਕੇ ਦਿੱਤਾ ਹੋਣਾ ਮੇਰੇ ਖਿਆਲ ਨਾਲ। ਲੈਟਰ ਲਿਖਤਾ ਉਹਨਾਂ ਨੇ DC ਸਾਹਿਬ ਨੂੰ ਲਿਖਿਆ। ਹਾਂ। ਅਤੇ ਇੱਕ ਮੈਨੂੰ ਲਿਖਿਆ ਵਾ, ਇੱਕ ਕਾਪੀ ਮੈਨੂੰ ਵੀ ਦਿੱਤੀ। ਉਹ ਤਾਂ ਉਹਦੇ ਅਕੋਰਡਿੰਗ ਹੁਣ ਅਗਲਾ ਸਟੈਪ ਤਾਂ ਫਿਰ ਉਹੀ ਹੋਊਗਾ ਨਾ, ਇਹ ਗੋਥਰੂ ਹੋ ਜਾਣਗੇ
ਉਹ ਸਾਰੇ ਲੈਟਰ ਉਹ ਬੰਦਾ ਪ੍ਰਾਈਵੇਟ ਹੈ ਉਹਦਾ ਨਾਮ ਕੀ ਹੈਗਾ ਬਲਦੇਵ ਸਿੰਘ ਬਲਦੇਵ ਸਿੰਘ ਅੱਛਾ ਠੀਕ ਹੈ ਉਹ ਅਜੇ ਤੱਕ ਬੈਠਾ ਅਜੇ ਤੱਕ ਵੀ ਬੈਠਾ ਅੱਛਾ ਇਸ ਤੋਂ ਬਾਅਦ ਕਿਤੇ ਕੋਰਟ 'ਚ ਵੀ ਗਿਆ ਮਾਮਲਾ ਕੋਰਟ 'ਚ ਗਿਆ ਜੀ ਗਿਆ ਜੀ ਇਹਦੇ ਉੱਤੇ ਢਾਉਣ ਵਾਸਤੇ ਜਿਉਂ ਇੱਦਾਂ ਪਰੇਸ਼ਾਨ ਗਿਆ ਪਿੰਡ ਦੇ ਸਰਪੰਚ ਨੇ ਮੋਹਰ ਲਾ ਕੇ ਦੇ ਸੀ ਵੀ 10 ਦਿਨ ਤੱਕ ਉਹਦੇ ਹੱਕ 'ਚ ਕਿਉਂ ਲੋਕ ਖੜੇ ਆ ਆ ਵੇਖੋ ਜੀ ਲਿਖ ਕੇ ਦੇ ਦਿੱਤਾ ਸਰਪੰਚ ਇਹ ਤਾਂ ਤੁਸੀਂ ਇਹ ਤਾਂ ਮੈਂ ਸਮਝ ਰਹੀ ਹਾਂ ਗੱਲ ਦਾ ਨਾ ਜਦੋਂ ਡੀ ਡੀ ਪੀ ਓ ਨੇ ਲਿਖਤਾ ਦੱਸਦੇ ਨੇ ਲਿਖਤਾ ਸਾਰੇ ਲਿਖਤਾ ਉਹ ਮੈਂ ਗੱਲ ਸਮਝੀ ਆ ਹਾਂਜੀ ਉਹਦੇ ਨਾਲ ਕਿਹੜੇ ਲੋਕ ਹੈਗੇ ਨੇ ਉਹਦੇ ਨਾਲ ਆ ਵੇਖੋ ਜੀ ਜਥੇਬੰਦੀ ਦੀਆਂ ਉਹਨਾਂ ਨੇ ਗੱਡੀਆਂ ਖੜੇ ਕੀਤੀਆਂ ਇਹ ਤੀਸਰੀ ਜਥੇਬੰਦੀ ਆ ਉਹ ਕੀ ਕਹਿੰਦੇ ਨੇ ਮੈਂ ਸਰ ਦੋ ਇਸ਼ੂ ਆ ਜੀ ਹਾਂਜੀ ਇਹ ਚਾਹੁੰਦੇ ਵੀ ਉਹ ਜਗ੍ਹਾ ਰਿਮੂਵ ਕਰ ਦਿੱਤੀ ਜਾਵੇ ਧਾਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮਰਜ ਕਰ ਦਿੱਤੀ ਆ ਹਾਂਜੀ ਇਹ ਚਾਹੁੰਦੇ ਆ ਜੀ ਇੱਕ ਜਗ੍ਹਾ ਨਾ ਢਾਈ ਜਾਵੇ ਆ ਇਸ਼ੂ ਕਿਉਂ ਜਦੋਂ ਕੋਰਟ ਨੇ ਕਹਿਤਾ ਕਿੱਥੇ ਨੇ ਉਹਨਾਂ ਦੇ ਕੋਈ ਨਹੀਂ ਹੈਗਾ ਜੀ ਕੋਈ ਨਹੀਂ ਹੈਗਾ ਜੀ ਸਾਰੇ ਅੱਜ ਪਿੰਡ ਜਾ ਕੇ ਅੱਜ ਢੋਣ ਜਾਣਾ ਸੀ ਅੱਜ ਦੀ ਤਰੀਕ ਸੀ ਪਿੰਡ ਪਾ ਕੇ ਜਾ ਕੇ ਤੋਂ ਪਿੰਡ ਜਾ ਕੇ ਝੰਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਬਾਪੂ ਜੀ ਆਪਣਾ ਬਸ ਹਾਂਜੀ ਤੇ ਬਾਪੂ ਜੀ ਅੱਜ ਤੁਹਾਨੂੰ ਕੋਈ ਉਮੀਦ ਜਾਪੀ ਆ ਜਿੱਦਾਂ ਅਵਸਰ ਆਣ ਕੇ ਤੁਹਾਨੂੰ ਜੂਸ ਪਿਆ ਕੇ ਗਏ ਆ ਹਾਂਜੀ ਤੁਸੀਂ ਵੇਖ ਸਕਦੇ ਆ ਕਿ ਜਿਹੜੇ ਬਾਪੂ ਜੀ ਆ ਇੱਧਰ ਨੂੰ ਜਿਹੜੇ ਬਾਪੂ ਜੀ ਆ ਉਹ 5 ਦਿਨ ਹੋ ਗਏ ਆ ਇਹਨਾਂ ਨੇ ਪਾਣੀ ਦੀ ਬੂੰਦ ਤੱਕ ਵੀ ਨਹੀਂ ਪੀਤੀ ਅਤੇ ਬਾਪੂ ਜੀ ਕੋਲ ਜਿਹੜੀ ਗੱਲ ਆ ਉਹ ਨਹੀਂ ਹੁੰਦੀ ਅਤੇ ਆਪਾਂ ਆਗੂ ਸਾਹਿਬਾਨ ਉਹਨਾਂ ਦੀ ਗੱਲਬਾਤ ਕਰਾਂਗੇ ਕੀ ਨਾਂ ਵੀਰ ਜੀ ਆਪਣਾ ਹਾਂਜੀ ਮੈਂ ਕਿਸਾਨ ਮਜ਼ਦੂਰ ਹਸ਼ਕਬਿੱਟ ਤੋਂ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਰਮਾਣਾ ਤੱਕ ਬੋਲ ਰਿਹਾ ਜੀ ਹਾਂਜੀ ਹਾਂਜੀ ਅੱਜ ਇੱਥੇ 5ਵਾਂ ਦਿਨ ਹੋ ਗਿਆ ਜੀ ਆਪਣਾ ਧਰਨੇ 'ਤੇ ਬੈਠਿਆਂ ਨੂੰ ਸਰਦਾਰ ਬਲਕਾਰ ਸਿੰਘ ਜੀ ਬਾਪੂ ਜੀ ਇਹ ਅੱਜ 5ਵੇਂ ਦਿਨ ਤੋਂ ਮੰਗ 'ਚ ਬੈਠੇ ਹੋਏ ਆ ਹਾਂਜੀ ਸੋ ਹੁਣ ਤੱਕ ਦਾ ਜੋ ਪ੍ਰਸ਼ਾਸਨ ਦਾ ਰਵੱਈਆ ਰਿਹਾ ਵਾ ਇੱਥੇ ਦੇ ਬੀ ਡੀ ਪੀ ਓ ਸਾਹਿਬ ਦਾ ਬਿਲਕੁਲ ਘਟੀਆ ਰਵੱਈਆ ਰਿਹਾ ਵਾ ਕਿਸੇ ਤਰ੍ਹਾਂ ਦੀ ਉਹਨਾਂ ਨੇ ਕੋਈ ਵਾਸੁਰ ਨਹੀਂ ਪੁੱਛੀ ਹੈਗੀ ਸੋ ਅੱਜ ਆਏ ਆ ਜੀ ਐਸ ਡੀ ਐਮ ਸਾਹਿਬ ਬਾਬੋਕਾਲਾ ਅਤੇ ਆਪਣਾ ਡਿਪਟੀ ਸਾਹਿਬ ਬਾਬੋਕਾਲਾ ਜੋ ਸੁਰਿੰਦਰਪਾਲ ਜੀ ਨੇ ਉਹ ਇੱਥੇ ਆਏ ਉਹਨਾਂ ਨੇ ਆਣ ਕੇ ਅੱਜ ਵਾਸੁਰ ਲਈ ਆ ਅਤੇ ਉਹਨਾਂ ਨੇ ਆਣ ਕੇ ਬਾਪੂ ਜੀ ਨੂੰ ਵਿਸ਼ਵਾਸ ਦੇ ਵਿੱਚ ਲਿਆ ਕਿ ਬਾਪੂ ਜੀ ਉੱਥੇ ਛੱਡ ਦਿਓ ਅਸੀਂ ਜਲਦੀ ਤੋਂ ਜਲਦੀ ਜਿਹੜਾ ਥਾਂ ਦਾ ਕਬਜ਼ਾ ਜਿਹੜਾ ਤੁਹਾਨੂੰ ਕਰਵਾ ਦਿਆਂਗੇ ਸੋ ਉਹਨਾਂ ਨੇ ਵਿਸ਼ਵਾਸ ਵਿੱਚ ਲੈ ਕੇ ਅਤੇ ਬਾਪੂ ਜੀ ਦਾ ਉਹਨਾਂ ਨੇ ਵਰਤ ਤੜਵਾਇਆ ਵਾ ਸੋ ਸਾਨੂੰ ਆਸ ਆ ਕਿ ਮਤਲਬ ਆਪਣਾ ਜੋ ਜਿਸ ਤਰੀਕੇ ਦਾ ਵਾਅਦਾ ਕਰਕੇ ਗਏ ਉਹ ਵਾਅਦੇ 'ਤੇ ਪੂਰਾ ਖਰਾ ਉਤਰੂਗੇ ਪਰ ਇੱਥੇ ਦੇ ਪ੍ਰਸ਼ਾਸਨ ਵੱਲੋਂ ਇੱਥੇ ਦੇ ਅਫਸਰਸ਼ਾਹੀ ਵੱਲੋਂ ਬਿਲਕੁਲ ਮਾੜਾ ਰਵੱਈਆ ਜਿਹੜਾ ਅਪਣਾਇਆ ਗਿਆ ਹੁਣ ਤੱਕ ਕਿਸੇ ਨੇ ਕੋਈ ਵਾਸੁਰ ਨਹੀਂ ਲਈ ਬਾਪੂ ਨੇ ਉਹ ਬੰਦਾ ਪਾਣੀ ਤੱਕ ਵੀ ਜਿਹੜਾ ਨਹੀਂ ਜੀ ਇੱਕ ਬੋਲੀ ਪਾਣੀ ਜਿਹਨਾਂ ਨੇ ਕਿਤੇ ਮੂੰਹ ਨੂੰ ਨਹੀਂ ਲਾਈ ਹੈ ਜੀ ਹਾਂਜੀ